ਇੱਕ ਵਿਅਕਤੀ ਹਿਤੇਸ਼ ਮਹਿਰਾ ਉਰਫ ਇਸ਼ੂ ਵਾਸੀ ਭਗਤਾਂ ਵਾਲਾ ਗੇਟ ਅੰਮ੍ਰਿਤਸਰ, ਇਹਨੂੰ ਕਾਬੂ ਕੀਤਾ। ਇਹਨੂੰ ਕਾਬੂ ਕਰਕੇ ਇਹਦੇ ਪਾਸੋਂ 3 ਕਿਲੋ 120 ਗ੍ਰਾਮ ਫੀਮ, 21,300 ਰੁਪਇਆ ਡਰੱਗ ਮਨੀ ਅਤੇ ਜਿਹੜੀ ਐਕਟਿਵਾ 'ਤੇ ਇਹ ਸਵਾਰ ਹੋ ਕੇ ਆ ਰਿਹਾ ਸੀ ਉਸ ਐਕਟਿਵਾ ਸਮੇਤ ਇਹਨੂੰ ਕਾਬੂ ਕੀਤਾ। ਕਾਬੂ ਕਰਕੇ ਇਹ ਫੀਮ ਬਰਾਮਦ ਕਰਾ ਕੇ ਇਹਦੇ ਖਿਲਾਫ਼ ਆ ਜਿਹੜੀ ਬਣਦੀ ਕਾਰਵਾਈ ਕੀਤੀ ਆ। ਇਹ ਤੋਂ ਇਹ ਪਤਾ ਲੱਗਿਆ ਵੀ ਇਹ ਲੋਕਡਾਊਨ ਦੇ ਕੰਮ ਤੋਂ, ਲੋਕਡਾਊਨ ਜਦੋਂ ਲੱਗਿਆ ਸੀ ਉਦੋਂ ਬਾਅਦ ਆਪਣਾ ਕੋਈ ਜ਼ਿਆਦਾ ਇਹਦਾ ਜਿਹੜਾ ਕੰਮਕਾਰ, ਜਿਹੜਾ ਇਹਦਾ ਪਿਤਾ ਜਿਹੜਾ ਭੁਜੀਏ ਦਾ ਕੰਮ ਕਰਦਾ ਸੀ, ਇਹ ਭੁਜੀਏ ਦੇ ਪੈਕਟ ਵਗੈਰਾ ਦੁਕਾਨਾਂ 'ਤੇ ਵੰਡਣ ਦਾ ਕੰਮ ਕਰਦਾ ਸੀ। ਉਸ ਕੰਮ ਦੇ ਵਿੱਚ ਕੁਛ ਕਮੀ ਆਉਣ ਕਾਰਨ ਇਹਨੇ ਸੌਖਾ ਪੈਸੇ ਬਣਾਉਣ ਦੇ ਪਰਪਜ਼ ਦੇ ਲਈ ਯੂਪੀ ਦੇ ਕਿਸੇ ਵਿਅਕਤੀਆਂ ਨਾਲ ਇਹਨੇ ਤਲਕ ਕਰਕੇ ਯੂਪੀ ਤੋਂ ਇਹ ਫੀਮ ਲਿਆ ਕੇ ਇਹਨੇ ਵੇਚਣ ਦੀ ਸ਼ੁਰੂਆਤ ਕੀਤੀ। ਯੂਪੀ ਜਿਹੜਾ ਬਰੇਲੀ ਤੋਂ ਲਿਆ ਕੇ ਇਹ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਦੇ ਆਸ ਪਾਸ ਦੇ ਇਲਾਕੇ 'ਚ ਇਹ ਜਿਹੜਾ ਕੰਮ ਕਰਦਾ ਰਿਹਾ, ਜਿਸ ਨੂੰ ਹੁਣ ਰੰਗੇ ਹੱਥੀ ਫੜਿਆ, ਇਹ 'ਤੇ ਮੁਕੱਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਦੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਅਮਲ 'ਚ ਲਿਆਂਦੀ ਜਾ ਰਹੀ ਹੈ। ਪਹਿਲਾਂ ਸਰ ਕਿੰਨੀ ਵੇਚ ਚੁੱਕਿਆ ਜਾਂ ਲਿਆ ਚੁੱਕਾ? ਉਹ ਇਨਵੈਸਟੀਗੇਸ਼ਨ ਕਰ ਰਹੇ ਹਾਂ, ਇੰਟੈਰੋਗੇਸ਼ਨ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਹਾਂ, ਪਰੰਤੂ ਔਨ ਰਿਕਾਰਡ ਆ ਜਿਹੜਾ ਇਹ ਕੋਈ ਪਹਿਲਾਂ ਕ੍ਰਿਮੀਨਲ ਪਰਚਾ ਦਰਜ ਨਹੀਂ ਹੈਗਾ ਅਤੇ ਇਹ ਅਸੀਂ ਇਨਵੈਸਟੀਗੇਸ਼ਨ ਦੌਰਾਨ ਵੈਰੀਫਾਈ ਕਰਾਂਗੇ ਵੀ ਇਹਨੇ ਇਹ ਤੋਂ ਪਹਿਲਾਂ ਕਿੰਨੇ ਵਾਰ ਕੀ ਕੰਮ ਕੀਤਾ। ਸਰ ਇਕੱਲਾ ਜਾਂ ਹੋਰ ਵੀ ਦੇ ਗਿਆ ਗਿਆ ਇਹ ਇਕੱਲਾ ਹੀ ਹੈ, ਇਕੱਲਾ ਹੀ। ਜੇ ਤਾਂ ਵੀ ਇਹਦੇ ਫਾਦਰ ਸਾਹਿਬ ਦਾ ਹੱਲ ਦਿੱਤਾ, ਉਹ ਵੀ ਨਾਲ ਸੀ ਇਸ ਕੰਮ 'ਚ ਕਿ ਨਹੀਂ? ਨਹੀਂ, ਇਹਦੇ ਫਾਦਰ ਉਹ ਭੁਜੀਆ ਬਣਾਉਣ ਦਾ ਕੰਮ ਉਹਦਾ ਆਪਦਾ ਕੰਮ ਆ, ਇਹ ਉਦੋਂ ਪੈਕਟ ਬਣਾ ਕੇ ਦੁਕਾਨਾਂ 'ਤੇ ਵੇਚਣ ਦਾ ਕੰਮ ਕਰਦਾ ਸੀਗਾ ਅਤੇ ਉਸ ਆੜ ਦੇ ਉਸ ਤੋਂ ਬਾਅਦ ਹੀ ਇਹਨੇ ਮਤਲਬ ਆਪਣੇ ਜਿਹੜਾ ਇਹ ਇੱਕ ਤਰ੍ਹਾਂ ਦਾ ਅਲੱਗ ਕੰਮ ਆ ਜਿਹੜਾ ਨਾਲ ਜਿਹੜਾ ਨਸ਼ਿਆਂ ਦਾ ਵਪਾਰ ਦਾ ਕੰਮ ਨਹੀਂ। ਨਹੀਂ, ਉਹਦੇ ਨਾਲ ਕੋਈ ਲਿੰਕ ਨਹੀਂ। ਸਰ ਇਹਦੇ ਲਿੰਕ ਕਿਸ ਤਰ੍ਹਾਂ ਬਣੇ ਉਹਦੇ ਨਾਲ ਜਿਹਦੇ ਕੋਲੋਂ ਇਹ ਯੂਪੀ ਤੋਂ ਲੈ ਕੇ ਆਏ? ਉਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ, ਫੋਰੈਂਸਿਕ ਮੋਬਾਈਲ ਸਾਰਾ ਅਸੀਂ ਉਹਦਾ ਐਗਜ਼ਾਮੀਨੇਸ਼ਨ ਕਰਾ ਰਹੇ ਹਾਂ। ਉਹਦੀ ਜੋ ਵੀ ਫੋਰੈਂਸਿਕ ਰਿਪੋਰਟ ਆਏਗੀ, ਜੋ ਇਹਦੀ ਟੈਕਨੀਕਲ ਰਿਪੋਰਟ ਦੇ ਆਧਾਰ 'ਤੇ ਉਹ ਸਾਰੇ ਪਿਛਲੇ ਜਿਹੜੇ ਬੈਕਵਰਡ ਅਤੇ ਫਾਰਵਰਡ ਲਿੰਕੇਜ ਲੈ ਕੇ ਤਾਂ ਸਰ ਆਉਂਦਾ ਸੀ, ਲੇਕਿਨ ਇੱਥੇ ਗਾਹ ਕਿਹਨੂੰ ਸਪਲਾਈ ਕਰਦਾ ਸੀ? ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ, ਇਹਦੀ ਅਰੈਸਟ ਪਾਈ ਆ, ਰਿਮਾਂਡ ਇਹਦਾ ਕਿੰਨੇ ਦਿਨ ਮਿਲਿਆ? ਇੱਕ ਦਿਨ ਦਾ ਰਿਮਾਂਡ ਮਿਲ ਗਿਆ। ਉਸ ਪੁੱਛਗਿੱਛ ਦੌਰਾਨ ਆ ਜਿਹੜੀ ਅਸੀਂ ਅਗਲੀ ਡਿਟੇਲ ਆ ਜਿਹੜੀ ਵਰਕਆਊਟ ਕਰਾਂਗੇ। ਸਰ ਕੀ ਆਮ ਲੋਕਾਂ ਵਕ ਨਹੀਂ ਰਹਿੰਦਾ ਸੀ ਕਿ ਕਿਵੇਂ ਪੁਲਿਸ ਨੂੰ ਸ਼ੱਕ ਪਿਆ ਦੇ ਨੂੰ ਜਿਹੜਾ ਕਾਬੂ ਕੀਤਾ? ਭਰੋਸੇਯੋਗ ਇਨਫੋਰਮੇਸ਼ਨ ਸੀ ਜੀ, ਜਿਹੜਾ ਵੀ ਕੋਈ ਕੰਮ ਕਰਦਾ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਜਿਹੜਾ ਇਨਸਾਫ ਪਸੰਦ ਬੰਦੇ ਹੁੰਦੇ ਨੇ ਜਿਹਨਾਂ ਨੂੰ ਕੋਈ ਸ਼ੱਕ ਪੈ ਜਾਂਦਾ ਉਹ ਸਾਨੂੰ ਇਤਲਾਹ ਦੇ ਦਿੰਦੇ ਨੇ, ਉਸ ਇਨਫੋਰਮੇਸ਼ਨ ਦੇ ਆਧਾਰ 'ਤੇ ਇਹ ਜਿਹੜੀ ਸਾਰੀ ਕਰ ਰਹੇ ਹਾਂ। ਸਰ ਕੀ ਇਹਨੇ ਇਹਦੇ ਨਾਲ ਵੇਚ ਕੇ ਕੋਈ ਪ੍ਰੋਪਰਟੀ ਵਗੈਰਾ ਕੁਝ ਬਣਾਈ ਹੈਗੀ? ਹਲੇ ਸ਼ੁਰੂਆਤ ਕੀਤੀ ਇਹਦੀ, ਉਹ ਡਿਟੇਲ ਲਵਾਂਗੇ ਜੀ, ਇਹਦੀਆਂ ਪ੍ਰੋਪਰਟੀਜ਼ ਦੀ ਡਿਟੇਲ ਲਵਾਂਗੇ, ਇਹਦੇ ਪੁਰਾਣੇ ਕੰਮਾਂ ਦੀ ਡਿਟੇਲ ਲਵਾਂਗੇ, ਇਹਨੇ ਕਿੰਨੇ ਕਿੰਨੇ ਕੰਮ ਕੀਤੇ ਨੇ, ਉਹ ਟੋਟਲ ਸਾਰਾ ਦੈਟ ਇਜ਼ ਏ ਮੈਟਰ ਆਫ ਇਨਵੈਸਟੀਗੇਸ਼ਨ। ਉਹਦੇ ਆਧਾਰ 'ਤੇ ਜੋ ਵੀ ਹੋਵੇਗਾ ਅਸੀਂ ਕਾਨੂੰਨ ਮੁਤਾਬਕ ਕਰਦੇ। ਪੜ੍ਹਿਆ ਪੜ੍ਹਿਆ ਕਿੰਨਾ? ਇਹ ਬਹੁਤਾ ਨਹੀਂ ਪੜ੍ਹਿਆ, ਤਾਂ ਮਤਲਬ ਠੀਕ ਹੀ ਆ, 5-7 ਪੜ੍ਹਿਆ ਹੋਣਾ, ਜ਼ਿਆਦਾ ਨਹੀਂ ਪੜ੍ਹਿਆ ਵਾ। ਹਾਂਜੀ ਹਾਂਜੀ, ਆਮ ਦੁਕਾਨਾਂ 'ਤੇ ਆਪਣੇ ਪਿਤਾ ਦਾਦਾ ਨਾਲ ਨਾਲ ਕੰਮ ਕਰਦਾ ਸੀ, ਨਾਲ ਈਜ਼ੀ ਮਨੀ ਦੇ ਇੱਕ ਤਰੀਕਾ ਲੱਭ ਕੇ ਨੇ ਉਹ ਈਜ਼ੀ ਮਨੀ ਦੇ ਆਧਾਰ 'ਤੇ ਇਹ ਕੰਮ ਸ਼ੁਰੂ ਕਰ ਲਿਆ। ਇਹਨੇ ਸਰ ਲੱਗਾ ਨਹੀਂ ਵੀ ਜਿਸ ਤਰ੍ਹਾਂ ਉਹ ਭੁਜੀਏ ਦੇ ਤੁਸੀਂ ਕਹਿੰਦੇ ਹੋ ਪੈਕਟ, ਉਹ ਪੈਕਟਾਂ ਦੇ ਵਿੱਚ ਜਾਂ ਇਸਨੂੰ ਉਹਦੇ ਥਰੂ ਹੀ ਉਹਦੀ ਆੜ ਦੇ ਵਿੱਚ ਕਰਦਾ ਸੀ ਇਹਦਾ? ਨਹੀਂ, ਉਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ, ਉਹ ਤਾਂ ਦੁਕਾਨਾਂ 'ਤੇ ਸਪਲਾਈ ਕਰਦਾ ਸੀ। ਇਹ ਭੁਜੀਆ ਸਪਲਾਈ ਕਰਦਾ ਕਰਦਾ? ਹਾਂਜੀ ਹਾਂਜੀ, ਭੁਜੀਆ ਸਪਲਾਈ ਕਰਦਾ ਸੀ। ਭੁਜੀਆ ਸਪਲਾਈ ਦੇ ਨਾਲ ਇਹ ਕੰਮ ਕਰਦੇ ਨਾਲ ਇਹ ਕੰਮ ਕਰਦਾ? ਭੁਜੀਏ ਦੇ ਜ਼ਿਆਦਾ ਕਾਰੋਬਾਰੀ ਜਿਹੜੇ ਰਾਜਸਥਾਨ ਤੋਂ ਹੈਗੇ, ਰਾਜਸਥਾਨ ਤੋਂ ਵੀ ਲਿਆਉਂਦਾ ਰਿਹਾ ਕਿਉਂਕਿ ਉੱਥੇ ਖੇਤੀ ਵੀ ਹੁੰਦੀ ਹੈ? ਇਹ ਯੂਪੀ ਦਾ ਹੀ ਇਹਦਾ ਲਿੰਕ ਮਿਲਿਆ, ਐਜ਼ ਆਫ ਨਾਓ ਯੂਪੀ ਦਾ ਮਿਲਿਆ। ਲੋਕ ਅੱਜ ਕੱਲ੍ਹ ਮੇਨ ਹੱਡ ਭੰਨਵੀਂ ਮਿਹਨਤ ਜਾਂ ਕਮਾਈ ਕਰਨ ਦੀ ਥਾਂ 'ਤੇ ਸਾਰਾ ਦੇਖੋ ਦੇਖੀ ਈਜ਼ੀ ਮਨੀ ਟਾਈਪ ਦਾ ਜਿਹੜਾ ਅੱਜ ਕੱਲ੍ਹ ਸਾਰਿਆਂ ਦਾ
ਰੁਝਾਨ ਬਣ ਜਾਂਦਾ, ਉਸ ਈਜ਼ੀ ਮਨੀ ਦੇ ਨੂੰ ਕਮਾਉਣ ਦੇ ਪਰਪਜ਼ ਦੇ ਲਈ ਵੀ ਸੌਖਾ, ਬਹੁਤੀ ਮਿਹਨਤ ਨਾ ਕਰਨੀ ਪਵੇ, ਉਸ ਦੇ ਆਧਾਰ 'ਤੇ ਨੇ ਜਿਹੜਾ ਅਫੀਮ ਦਾ ਕੰਮ ਸ਼ੁਰੂ ਕੀਤਾ ਸੀ। ਜਿਹੜੇ ਇਹਨਾਂ ਦੇ ਬੈਕਵਰਡ ਲਿੰਕ ਹੈ ਸਰ, ਜਿੱਥੋਂ ਲੈ ਕੇ ਆਉਂਦਾ ਸੀ, ਉਹਨਾਂ ਬਾਰੇ ਕੋਈ ਜਾਣਕਾਰੀ ਦਿੱਤੀ ਹੋਵੇ? ਉਹ ਅਸੀਂ ਕਿਉਂਕਿ ਅੰਡਰ ਇਨਵੈਸਟੀਗੇਸ਼ਨ ਆ, ਉਹ ਸਾਂਝੀ ਨਹੀਂ ਕਰ ਸਕਦੇ ਤੁਹਾਡੇ ਨਾਲ। ਸਾਡੇ ਕੋਲ ਉਹ ਇਨਵੈਸਟੀਗੇਸ਼ਨ ਦੌਰਾਨ ਸਾਰਾ ਐਸਟੈਬਲਿਸ਼ ਕਰਾਂਗੇ ਜੀ, ਜੋ ਵੀ ਹੈ। ਬਿਲਕੁਲ ਹੈਗਾ ਜੀ, ਸਾਰੀ ਕਾਮਯਾਬੀ ਆ। ਮਤਲਬ ਇੰਨੇ ਡਰੱਗਸ ਦੇ ਬੰਦੇ ਵਾਰ ਵਾਰ ਜਿਹੜੇ ਕਾਬੂ ਕਰਨੇ ਜਾਂ ਹੋਰ ਕਰਨੇ, ਸਾਰੇ ਇਟ ਇਜ਼ ਏ ਮੈਟਰ ਆਫ ਕਾਮਯਾਬੀ ਆ। ਪੁਲਿਸ ਬੜੀ ਅਣਥੱਕ ਯਤਨ ਕਰ ਰਹੀ ਆ, ਮਿਹਨਤ ਕਰ ਰਹੀ ਆ, ਉਸ ਮਿਹਨਤ ਦੇ ਜਿਹੜੇ ਸਿੱਟੇ ਵਜੋਂ ਹੀ ਜਿਹੜੇ ਸਾਰੀ ਕਾਮਯਾਬੀ। ਕਿਉਂਕਿ ਇਸ ਤਰ੍ਹਾਂ ਦੇ ਲੋਕ ਸਿਵਲ ਸੁਸਾਇਟੀ ਦੇ ਵਿੱਚ ਰਹਿੰਦੇ, ਇਹਨਾਂ 'ਤੇ ਸ਼ੱਕ ਵੀ ਜਲਦੀ ਨਹੀਂ ਜਾਂਦਾ, ਅਤੇ ਪੁਲਿਸ ਤੋਂ ਕਰਨਾ ਵੀ ਕਾਫੀ ਔਖਾ ਹੋ ਜਾਂਦਾ। ਬਿਲਕੁਲ ਠੀਕ ਆ, ਉਹਦੇ ਲਈ ਸਮਾਜ ਦੇ ਤੌਰ 'ਤੇ ਅਕਸਰ ਕਿਤੋਂ ਨਾ ਕਿਤੋਂ ਜਿਹਨੂੰ ਵੀ ਇਨਫੋਰਮੇਸ਼ਨ ਮਿਲਦੀ ਆ, ਜਦੋਂ ਪੁਲਿਸ ਦਾ ਸਹਿਯੋਗ ਕਰਦੇ ਤਾਂ ਸਾਨੂੰ ਕੰਮ ਸੌਖਾ ਹੋ ਜਾਂਦਾ।